ਐਡਾ ਬਣਾ ਔਖਾ ਬੋਲਣ ਤੇ ਤੂੰ ਕਹਦਾ ਮੈਂ ਫੋਨ ਤੇ ਵੀਡੀਓ ਕਰ ਦੇ ਬਣਾ ਇਧਰ ਆ ਤੂੰ ਜਾਣਾ ਇੱਥੋਂ ਬਚ ਗਿਆ ਕਿ ਨਹੀਂ ਸੁਣਦਾ ਸਾਲੇ ਆ ਪਰ ਸਾਲੇ ਆ ਉੱਥੋਂ ਪਰ ਸਾਲੇ ਆ ਇਹਨੂੰ ਫੜ ਓ ਛੱਡੋ ਯਾਰ ਇੱਥੇ ਪੂਰਾ ਨਹੀਂ ਆ ਫੜ ਕੇ ਪੂਰਾ ਇਹਦਾ ਸਾਰਾ ਰਹਿਣ ਦੇ ਬਾਬਾ ਰਹਿਣ ਇਹ ਵੱਡਾ ਪੁਲਿਸ ਵਾਲਾ ਕਿਤੇ ਰਹਿੰਦਾ ਨਾ ਹੱਲੇ ਬਾਪੂ ਛੱਡ ਬਾਪੂ ਛੱਡ ਬਾਪੂ ਛੱਡ ਹੁਣ ਵੀ ਫੜਾ ਇੱਧਰ ਬਾਪੂ ਛੱਡ ਹੁਣ ਫੜਾ ਇੱਧਰ ਨਾਜਾਇਜ਼ ਮਾਈਨਿੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਜਦੋਂ ਨਾਜਾਇਜ਼ ਇਨਸਪੈਕਟਰ ਮਾਈਨਿੰਗ ਦੇ ਖਿਲਾਫ ਆਵਾਜ਼ ਚੁੱਕਦੇ ਨੇ ਤਾਂ ਦੇ ਨਾਲ ਕੀ ਕੁਝ ਹੁੰਦਾ ਹੈ ਉਹ ਇਸ ਖਬਰ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਦਰਅਸਲ ਇਹ ਤਸਵੀਰਾਂ ਕਪੂਰਥਲਾ ਦੀਆਂ ਨੇ ਜਿੱਥੇ ਕਿ ਮਾਈਨਿੰਗ ਅਧਿਕਾਰੀ ਜਦੋਂ ਉਹਨਾਂ ਨੇ ਮਾਈਨਿੰਗ ਹੁੰਦੀ ਦੇਖੀ ਤਾਂ ਮੌਕੇ ਦੇ ਉੱਤੇ ਪਹੁੰਚੇ ਲੋਕਾਂ ਨੂੰ ਰੋਕਿਆ ਤਾਂ ਉਲਟਾ ਉੱਥੇ ਲੋਕਾਂ ਨੇ ਉਹਨਾਂ ਦੇ ਨਾਲ ਹੀ ਗਲਤ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਅਤੇ ਨਾਲ ਹੀ ਉਹਨਾਂ ਦੇ ਗਲ ਦੇ ਵਿੱਚ ਸਾਫਾ ਪਾ ਲਿਆ ਅਤੇ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਇਹ ਸਾਰੇ ਇਲਜ਼ਾਮ ਮਾਈਨਿੰਗ ਅਧਿਕਾਰੀ ਦੇ ਵੱਲੋਂ ਉਹਨਾਂ ਦੇ ਉੱਤੇ ਲਗਾਏ ਗਏ ਨੇ। ਆਓ ਤੁਹਾਨੂੰ ਪਹਿਲਾਂ ਇਹ ਵੀਡੀਓ ਵਿਖਾਉਂਦੇ ਹਾਂ ਜਿਹੜੀ ਕਿ ਮੌਕੇ ਦੀ ਵੀਡੀਓ ਹੈ। ਮੌਕੇ ਦੇ ਉੱਤੇ ਕਿਵੇਂ ਨਾਜਾਇਜ਼ ਮਾਈਨਿੰਗ ਕਰਦੇ ਲੋਕਾਂ ਦੇ ਵੱਲੋਂ ਅਧਿਕਾਰੀ ਦੇ ਨਾਲ ਬਦਸਲੂਕੀ ਕੀਤੀ ਗਈ ਹੈ। ਐਡਾ ਬਣਾ ਔਖਾ ਬੋਲਣ ਤੇ ਤੂੰ ਕਹਦਾ ਮੈਂ ਫੋਨ ਤੇ ਵੀਡੀਓ ਕਰ ਦੇ ਬਣਾ ਇਧਰ ਆ ਤੂੰ ਜਾਣਾ ਇੱਥੋਂ ਬਚ ਗਿਆ ਕਿ ਨਹੀਂ ਸੁਣਦਾ ਸਾਲੇ ਆ ਪਰ ਸਾਲੇ ਆ ਉੱਥੋਂ ਬਾਹਰ ਪਰ ਸਾਲੇ ਆ ਇਹਨੂੰ ਫੜ ਓ ਛੱਡੋ ਯਾਰ ਇੱਥੇ ਪੂਰਾ ਨਹੀਂ ਆ ਫੜ ਕੇ ਪੂਰਾ ਇਹਦਾ ਸਾਰਾ ਰਹਿਣ ਦੇ ਬਾਬਾ ਰਹਿ ਇਹ ਵੱਡਾ ਪੁਲਿਸ ਵਾਲਾ ਕਿਤੇ ਰਹਿੰਦਾ ਨਾ ਹੱਲੇ ਬਾਪੂ ਛੱਡ ਬਾਪੂ ਛੱਡ ਬਾਪੂ ਛੱਡ ਹੁਣ ਵੀ ਫੜਾ ਇੱਧਰ ਬਾਪੂ ਛੱਡ ਹੁਣ ਫੜਾ ਇੱਧਰ ਸਭ ਬਾਰੇ ਜਾਣਕਾਰੀ ਦਿੰਦੇ ਹੋਏ ਮਾਈਨਿੰਗ ਅਧਿਕਾਰੀ ਨੇ ਦੱਸਿਆ ਕਿ ਉਹ ਰਾਹ ਦੇ ਵਿੱਚ ਜਾ ਰਹੇ ਸਨ ਜਿੱਥੇ ਉਹਨਾਂ ਨੇ ਕੁਝ ਲੋਕਾਂ ਨੂੰ ਮਿੱਟੀ ਪੁੱਟਦੇ ਹੋਏ ਵੇਖਿਆ ਤਾਂ ਜਾ ਕੇ ਸਵਾਲ ਕੀਤਾ ਤਾਂ ਉਹਨਾਂ ਦੇ ਨਾਲ ਕੀ ਕੁਝ ਹੋਇਆ। ਅਸੀਂ ਇਸ ਸਾਈਡ 'ਤੇ ਇੰਸਪੈਕਸ਼ਨ ਦੌਰਾਨ ਆਏ ਸੀਗੇ। ਅਸੀਂ ਮੌਕੇ 'ਤੇ ਦੇਖਿਆ ਕਿ ਟਰਾਲੀਆਂ ਜਾ ਰਹੀਆਂ ਸਨ। ਅਸੀਂ ਉਸੇ ਉਹ ਟਰਾਲੀਆਂ ਫੋਲੋ ਕਰਦੇ ਕਰ ਰਹੇ ਉੱਥੇ ਸਾਈਡ ਦੀ ਜਗ੍ਹਾ 'ਤੇ ਪਹੁੰਚੇ। ਉੱਥੇ ਕਾਫੀ ਬੰਦੇ ਮਤਲਬ ਪਟੇ ਵਾਲੀ ਮਸ਼ੀਨ ਲੱਗੀ ਹੋਈ ਸੀਗੀ ਜਿਹੜੀ ਰੇਤਾ ਉਹ ਮਿੱਟੀ ਦੀ ਭਰ ਰਹੇ ਸਨ ਟਰਾਲੀਆਂ ਦੇ ਵਿੱਚ ਅਤੇ ਉਹਨਾਂ ਨੂੰ ਬਾਹਰ ਵੇਚਣ ਵਾਸਤੇ ਲੈ ਕੇ ਜਾ ਰਹੇ ਸਨ। ਅਸੀਂ ਉੱਥੇ ਬਾਪੂ ਜੀ ਬੈਠੇ ਗਏ। ਹੁਣ ਬਾਬਾ ਜੀ ਜਾ ਕਿਹਾ ਕਿ ਬਾਬਾ ਜੀ ਦੱਸੋ ਕਿ ਆਪਾਂ ਤੁਸੀਂ ਆਹ ਮਿੱਟੀ ਚੱਕ ਕੇ ਵੇਚ ਰਹੇ ਹੋ ਤੁਸੀਂ ਕੋਈ ਜਿਹੜੀ ਪਰਮਿਸ਼ਨ ਲਈ ਹੈ ਗੌਰਮੈਂਟ ਕੋਲੋਂ? ਅਤੇ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਪਰਮਿਸ਼ਨ ਨਹੀਂ ਲਈ, ਅਸੀਂ ਸਾਨੂੰ ਪਰਮਿਸ਼ਨ ਦੀ ਵੀ ਲੋੜ ਨਹੀਂ ਹੈਗੀ। ਅਸੀਂ 100 ਟਰਾਲੀ ਕੱਲ੍ਹ ਤੱਕ ਕੱਢ ਚੁੱਕੇ ਹਾਂ ਅਤੇ ਅਸੀਂ ਹਜੇ 200 ਟਰਾਲੀ ਹੋਰ ਚੱਕਾਂਗੇ। ਅਤੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਕਿੱਦਾਂ ਪਤਾ ਲੱਗੀ ਕਿ ਉੱਥੇ ਮਾਈਨਿੰਗ ਹੋ ਰਹੀ? ਸਰ ਅਸੀਂ ਤਾਂ ਮੈਂ ਖੁਦ ਸਾਈਡ 'ਤੇ ਇੰਸਪੈਕਸ਼ਨ ਦੌਰਾਨ ਆ ਰਹੇ ਸੀਗੇ ਨਾ। ਅਸੀਂ ਰਸਤੇ ਵਿੱਚ ਦੇਖ ਲਿਆ ਉੱਥੇ ਮੌਕੇ 'ਤੇ ਮਸ਼ੀਨ ਚੱਲ ਰਹੀ ਸੀਗੀ ਪਟੇ ਵਾਲੀ। ਅਸੀਂ ਸਰ ਇਸ ਮੌਕੇ 'ਤੇ ਪਹੁੰਚੇ, ਜਦੋਂ ਅਸੀਂ ਮੌਕੇ ਜਗ੍ਹਾ ਪਰਮਿਸ਼ਨ ਬਾਰੇ ਪੁੱਛਿਆ, ਦੱਸਿਆ ਕਿ ਤੁਸੀਂ ਸਾਡੇ ਦਫ਼ਤਰ ਪਹੁੰਚੋ ਆ ਕੇ ਪਰਮਿਸ਼ਨ ਲਓ। ਉਹਨਾਂ ਨੇ ਪਰਮਿਸ਼ਨ ਬਾਰੇ ਕਹਿੰਦੇ ਅਸੀਂ ਕੋਈ ਪਰਮਿਸ਼ਨ ਨਹੀਂ ਲੈਣੀ ਜੀ, ਅਤੇ ਉਲਟਾ ਸਾਡੇ ਗਲ ਪੈ ਗਏ। ਉੱਥੇ ਜਗਤਾਰ ਸਿੰਘ ਸੀਗਾ ਜੀ, ਜਗਤਾਰ ਸਿੰਘ ਮੁੰਡੇ ਨੂੰ ਫੋਨ ਕਰਕੇ ਬੁਲਾਇਆ ਗਿਆ ਉੱਥੇ, ਅਤੇ ਉਹਨੇ ਆ ਕੇ ਉਹਨਾਂ ਬੰਦਿਆਂ ਨੂੰ ਕਿਹਾ ਕਿ ਇਹ ਕੋਈ ਮਾਈਨਿੰਗ ਇੰਸਪੈਕਟਰ ਨਹੀਂ ਹੈਗੇ, ਇਹਨਾਂ ਨੂੰ ਫੜ ਲਓ। ਉਹਨਾਂ ਨੇ ਫੜ ਕੇ ਮੇਰੇ ਗਲ ਵਿੱਚ ਪੜਾ ਉਹ ਪਾ ਕੇ ਪਰਨਾ ਪਾ ਲਿਆ ਅਤੇ ਮੈਨੂੰ ਕਹਿਣ ਲੱਗੇ ਕਿ ਇਹਨੂੰ ਫੜ ਲਓ, ਇਹਦਾ ਇਹਨੂੰ ਇੱਥੇ ਬੰਨ ਕੇ ਰੱਖਣਾ, ਜਾਨ ਨਹੀਂ ਦੇਣਾ, ਜਾਨੋਂ ਮਾਰ ਦੇਣੀ ਅੱਜ ਇਹ। ਤੁਹਾਡੇ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਮਾਮਲਾ ਸਾਰਾ? ਬਿਲਕੁਲ, ਫਿਰ ਉੱਚ ਅਧਿਕਾਰੀਆਂ ਨੂੰ ਮੈਂ ਆਪਣੇ ਧਿਆਨ ਵਿੱਚ ਲਿਆਂਦਾ ਗਿਆ। ਫਿਰ ਉਹਨਾਂ ਨੇ ਇੱਥੇ ਥਾਣੇ ਆ ਕੇ ਥਾਣੇ ਨੂੰ ਸੂਚਿਤ ਕੀਤਾ ਅਤੇ ਇੱਥੇ ਪੁਲਿਸ ਪਾਰਟੀ ਵੱਲੋਂ ਹੁਣ ਕਾਰਵਾਈ ਕੀਤੀ ਹੈਗੀ। ਮਾਈਨਿੰਗ ਦੇ ਵਿੱਚ ਕੀ ਅਹੁਦਾ ਵਾ? ਮੈਂ ਐਜ਼ ਅ ਮਾਈਨਿੰਗ ਇੰਸਪੈਕਟਰ ਹਾਂ ਜੀ। ਇੰਸਪੈਕਟਰ? ਹਾਂਜੀ। ਨਜਾਇਜ਼ ਮਿੱਟੀ ਦੀ ਮਾਈਨਿੰਗ ਨੂੰ ਰੋਕਣ ਸੰਬੰਧੀ ਹੀ ਇਹ ਜਿਹੜਾ ਝਗੜਾ ਆਪਸ ਦੇ ਵਿੱਚ ਹੋਇਆ ਤੁਹਾਡਾ? ਬਿਲਕੁਲ ਜੀ, ਮੈਂ ਇਹਨਾਂ ਨੂੰ ਇਹ ਸਿਰਫ ਇਹ ਦੇਖ ਕੇ, ਅਸੀਂ ਮੌਕੇ 'ਤੇ ਕੰਮ ਚੱਲ ਰਿਹਾ ਸੀਗਾ ਨਾ, ਅਸੀਂ ਦੇਖ ਕੇ ਕਹਿੰਦੇ ਗਏ ਕਿ ਹਾਂ ਵੀ ਕੀ ਕਰ ਰਹੇ ਨੇ, ਜੋ ਜਾ ਕੇ ਬਿਲਕੁਲ ਮਿੱਟੀ ਪੁੱਟ ਰਹੇ ਸੀਗੇ ਜੀ, ਟਰਾਲੀਆਂ ਭਰ ਭਰ ਕੇ ਵੇਚਣ ਲਈ ਜਾ ਰਹੀਆਂ ਸਨ। ਬਿਲਕੁਲ, ਹੋਣਾ ਚਾਹੀਦਾ ਜੀ ਪਰਚਾਦਾਰ ਜੀ, ਜੇਕਰ ਇਹਦੇ ਹੀ ਕੰਮ, ਜੇਕਰ ਹੁਣ ਮੈਂ ਆਪਣੀ ਡਿਊਟੀ 'ਤੇ ਹਾਂ ਜੀ, ਜੇਕਰ ਮੈਨੂੰ ਹੀ ਮੇਰੀ ਸੇਫਟੀ ਨਹੀਂ ਹੈਗੀ, ਠੀਕ ਹੈ ਜੀ, ਇੱਦਾਂ ਲੋਕ ਸਾਡੇ ਉੱਪਰ ਹਮਲਾ ਕਰਦੇ ਰਹਿਣਗੇ ਤਾਂ ਅਸੀਂ ਆਪਣੀ ਡਿਊਟੀ ਕਿੱਦਾਂ ਨਿਭਾਵਾਂਗੇ? ਇਸ ਲਈ ਤਾਂ ਇਹਨਾਂ 'ਤੇ ਪੂਰੀ ਕਾਰਵਾਈ ਕਰਨੀ ਬਣਦੀ ਹੈ ਜੀ, ਪੂਰੀ ਕਾਰਵਾਈ ਕੀਤੀ ਜਾਵੇ ਇਹਨਾਂ 'ਤੇ। ਕਿ ਭਾਈ ਤੁਸੀਂ ਇਹ ਨਜਾਇਜ਼ ਮਾਈਨਿੰਗ ਕਰ ਰਹੇ ਜੇ ਜਾਂ ਤੁਹਾਡੇ ਕੋਲ ਕੋਈ ਪਰਮਿਸ਼ਨ ਹੈਗੀ ਹੈ? ਅਤੇ ਉਹ ਕਹਿੰਦੇ ਜੀ ਸਾਨੂੰ ਪਰਮਿਸ਼ਨ ਲੈਣ ਦੀ ਲੋੜ ਕੋਈ ਨਹੀਂ, ਸਾਡੀ ਬਹੁਤ ਪਹੁੰਚ ਆ ਅਤੇ ਅਸੀਂ ਨਾ ਪਰਮਿਸ਼ਨ ਲੈ ਕੇ ਅੱਜ ਤੱਕ ਕੰਮ ਕੀਤਾ, ਅੱਗੇ ਵੀ ਅਸੀਂ 100 ਟਰਾਲੀ ਕੱਢ ਕੇ ਮਿੱਟੀ ਦੀ ਵੇਚੀ ਆ ਅਤੇ ਹੁਣ ਵੀ 200 ਟਰਾਲੀ ਹੋਰ ਕੱਢਣੀ ਆ, ਤੁਸੀਂ ਕੌਣ ਜੇ? ਜਦੋਂ ਇਹਨਾਂ ਜਾ ਕੇ ਦੱਸਿਆ ਕਿ ਅਸੀਂ ਤਾਂ ਮਾਈਨਿੰਗ ਇੰਸਪੈਕਟਰ ਹਾਂ, ਵਿਭਾਗ ਤੋਂ ਆਏ ਹਾਂ, ਤੁਸੀਂ ਪਰਮਿਸ਼ਨ ਲੈ ਲਓ, ਮੈਂ ਮੈਨੂੰ ਕੋਈ ਉਹਦਾ ਕੋਈ ਰੈਵਨਿਊ ਜਮ੍ਹਾਂ ਕਰਾ ਦਿਓ ਸਰਕਾਰ ਨੂੰ, ਪਰਮਿਸ਼ਨ ਲੈ ਕੇ ਕੰਮ ਕਰੋ, ਅਤੇ ਜੇ ਤੁਸੀਂ ਇੱਦਾਂ ਦਾ ਮਿੱਟੀ ਵੇਚਣੀ ਆ ਤਾਂ। ਉਹ ਬੰਦਿਆਂ ਨੇ ਇਹਨਾਂ ਨੂੰ ਧਮਕੀਆਂ ਦੇਣ ਲੱਗ ਪਏ, ਕਹਿੰਦਾ ਮੇਨ ਟਾਈਮ ਹੀ ਉਹਨਾਂ ਨੇ ਫੋਨ ਕਰਕੇ ਕੋਈ ਜਗਤਾਰ ਸਿੰਘ ਨਾਂ ਦਾ ਬੰਦਾ ਆ ਉਹਨੂੰ ਬੁਲਾ ਲਿਆ ਵੀ ਛੇਤੀ ਆ, ਇੱਥੇ ਦੋ ਮਾਈਨਿੰਗ ਮਹਿਕਮੇ ਦੇ ਅਫਸਰ ਆਏ ਆ
तो सानू काम तो रोक रहे हैं। वो जगतार सिंह ने आंदे ही मोबाइल ऑन करके कहिंदा मैं इन्हां दी वीडियो बना रहा इन्हां नू जाण ना दिओ, फड़ लो रस्सा पा के गल च इन्हां नू बन्न दिओ। तो वो जिहड़े पहला बंदे उत्थे सी उन्होंने इन्हां नू घेर लिया, इन्हां दे गल च साफा पा के जसवीर सिंह जेई नू मारन दी कोशिश कीती, गल घुटिया उहदा, ठुड भी मारे उहदे बखी इत्थे ठुड भी मारे, मुक्कियां मारियां उहदे पसलियां दे विच, धमकियां दित्तियां वा, जो कि उन्हां दे कल्परेट जिहड़े दोषी उन्हां दे अपने ही मोबाइल च कैद सारा रिकॉर्ड हो गया उदों सारा कुछ। तो वो जदों उन्होंने इन्हों को छुट के भजे तो दूर जाके उन्हें थोड़ा अडवा जाके मैनू फोन किया भी सर छेती आयो मगर साढ़े बंदे गल पै गए जां पुलिस भेजो। तो मैं जलंधर सीगा जी दफ्तर गया, मैं इतने एस एच ओ साहब न फोन किया फतू ढिंग्याला, उन्होंने ने पुलिस पार्टी भेजी इन्हें मेन वाइल, तो बाकी बंदे जो पुलिस का नाँ लिया तो वह तो भज गए। एक जगतार सिंह जिहड़ा सीगा वो उत्थे धमकियां देंदा उत्थे ही खड़ा रह गया जिन्हें मी वीडियो रिकॉर्ड कर रहा सीगा, उन्होंने इन्होंने फड़ लिया। इन्हें जो मुड़ के पुलिस पार्टी गई तो वो हवाले करता इन्हों जगतार सिंह जी उन्होंने थाने ले आंदा सी। उधर सारे मामले नूं लैके पुलिस दे वल्लों भी मामला दर्ज कर लिया है ते आरोपियों के खिलाफ कानूनी कार्रवाई करन दा भी भरोसा दिता है। उस संबंधी साडे कोल ना जसवीर सिंह माइनिंग इंस्पैक्टर कपूरथला वालों कंप्लेंट मिली है जी, उन्होंने ना जिथे फतू टिंग एरिए कुछ लोगों ने मिसबिहेव किया जदों उन्होंने जाके माइनिंग बारे पूछ रहे थे कि तुसी क्यों मिट्टी वगैरह पुट रहे हो, उस संबंधी कंप्लेंट रिसीव हुई है, जो बनती कार्रवाई असी कर रहे हैं। इस संबंधी जो बनती असी कार्रवाई कर रहे हैं जी, मतलब जो चीज़ वो बोल रहे एवं का वैसे कुछ है तो नहीं है, बट गलत है जो एवं की वर्डिंग जेकर वो बोल रहे हैं तो बहुत गलत है। जिक्र हो गया कि माइनिंग अफसर के नाल लोगों का अजिहा बतेरा किन्ना कुछ सही है, क्योंकि अधिकारी का कहना है कि अपना काम कर रहा है पर लोगों के वालों उसनों उसका काम नहीं कर दिता गया बल्कि उसनों ही कानून का पाठ पढ़ा लगे। कपूरथला तो कश्मीर सिंह की रिपोर्ट, स्काई न्यूज़ पंजाब।